ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਨਦੀਪ ਕੌਰ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਸਵੇਰ ਦਾ ਟਾਈਮ ਹੈ ਜੀ, 7:15 ਹੋ ਰਹੇ ਨੇ। ਤੇ ਰਾਤ ਦਾ ਇਹਨਾਂ ਦਾ ਪੂਲ ਭਰਿਆ ਹੋਇਆ ਇਹਨਾਂ ਪਾਣੀ ਦਾ, ਪਹਿਲਾਂ ਪਿੱਛੇ ਸੀਗਾ ਤੇ ਹੁਣ ਇੱਥੇ ਹਨ। ਰਾਤੀ ਇੱਥੇ ਖੇਡੇ, ਇਹ ਟਿੱਕੀਆਂ ਬਣਾਈਆਂ ਸੀਗੀਆਂ ਰਾਤੀ, ਹੈ ਨਾ, ਥੋੜ੍ਹੀ ਜਿਹੀ, ਅਤੇ ਬਸ ਖਾ ਲਈਆਂ ਸੀਗੀਆਂ। ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕਰੀ ਹੈਗੀ, ਅਤੇ ਮੈਨੂੰ ਕਮੈਂਟ ਆਏ ਸੀ, ਕਹਿੰਦੇ ਵੀ ਇਹ ਜਿਹੜਾ ਪੂਲ ਹੈ ਛੋਟਾ ਹੈ, ਇਹ ਊਧਮ ਦਾ ਨਹੀਂ ਹੈਗਾ ਜੀ, ਤਨਵੀਤ ਦਾ ਹੈ, ਛੋਟੇ ਹੁੰਦਿਆਂ ਦਾ ਹੈ। ਊਧਮ ਕੋਲ ਵੀ ਹੈਗੇ ਸੀਗੇ ਦੋ ਵੱਡੇ ਵੱਡੇ, ਪਰ ਇਹਨੇ ਐਵੇਂ ਬਾਹਰ ਪਏ ਰਹੇ, ਹਵਾ ਹਵਾ ਨਿਕਲ ਗਈ ਉਹਨਾਂ ਦੀ, ਖਰਾਬ ਹੋ ਗਈ। ਇਹ ਕੱਲ੍ਹ ਇਹਨਾਂ ਨੇ ਭਰ ਲਿਆ। ਆ ਜੀ ਬਾਹਰ ਚੱਲੀਏ, ਪਾਪਾ ਜੀ ਅੱਗੇ ਕੱਖ ਲੈ ਗਏ। ਊਧਮ ਕੁੱਕੜੀਆਂ ਕੱਢ ਲਈ, ਹੁਣ ਟੋਕਾ ਕਰਨੇ ਤੋਂ ਪਹਿਲਾਂ ਆ ਜਾ। ਪਾਪਾ ਜੀ ਸਾਜਰੇ ਵੀ ਗਏ ਹੋਏ ਨੇ, ਮੱਕੀ ਦੇ ਵਿਚਾਰੀ। ਕੱਲ੍ਹ ਇਹਦੇ ਵਿੱਚ ਦੋ ਕੁੱਕੜੀਆਂ ਲੱਭੀਆਂ ਸੀਗੀਆਂ, ਇੱਕ ਸਰਦਾਰ ਜੀ ਲੈ ਕੇ ਆਈ ਸੀਗੀ ਲੱਭ ਕੇ, ਇੱਕ ਮੰਮੀ ਲੈ ਕੇ ਆਈ ਸੀਗੀ ਲੱਭ ਕੇ। ਧੁੱਪ ਚੜ੍ਹ ਗਈ, ਦੇਖ ਲਓ ਤੁਸੀਂ ਹੁਣ ਤਾਂ ਆਈ ਹੈ। ਕੱਢੀ ਨਹੀਂ ਹਜੇ ਧਾਰ, ਖਾ ਲੇਗੀ। ਨਹੀਂ ਮੈਂ ਸੁਣ ਰਹੀ ਹਾਂ, ਕਦੇ ਰੱਖੀ ਸੀ ਸਾਫ਼ ਕਿਉਂ?
ਸਾਫ ਨੇ ਲੋਕ ਤੇ ਚਲਾ ਕੇ ਨੇ ਸੀ ਜੀ ਮੇਰੀ ਕੋਈ ਦਿੱਕਤ ਨਹੀਂ ਹੋਣਾ ਬਸ ਫਿਰ ਉਹ ਖਰਾਬ ਹੋ ਗਿਆ ਕੰਬਲ ਤੋਂ ਹੁਣ ਹੋ ਰਿਹਾ ਤਾਂ ਸਭ ਕੁਝ ਖਰਾਬ ਹੋ ਗਿਆ ਕੋਲ ਦੇ ਨਾਲ ਗਿਆ ਉਹ ਨਲਾ ਤੇ ਉਹ ਦੋਨੇ ਨਲਾ ਲਿਆ ਤੂੰ ਜਦ ਨਲਾ ਲਿਆ ਕਰ ਇਹਨੂੰ ਛੱਡਦੇ ਜਾਂਦੇ
ਪਹਿਲਾਂ ਮੈਨੂੰ ਦੇਖਤਾ ਦਰਦ ਦੇ ਬਹੁਤ ਘੱਟ ਦਾਣੇ ਜੇ ਪਏ ਮੈਂ ਕੁੱਕੜੀ ਹੈ ਮਾਤਾ ਹਟ ਜਾਓ ਪੰਗੇ ਲੈਣ ਤੇ ਪਤਾ ਕਿਆ ਕਰ ਲਾਲੀ ਕੱਲ ਤੇ ਵਾਢੀ ਚਰੀ ਦਸ ਦਸ ਕੁਆਰਟਰ ਕਰਕੇ ਵੇਚਿਆ ਮੱਕੀ ਕੁਛ ਨਹੀਂ ਹੈ
ਕੱਟ ਲਈਏ ਤੇ ਇੱਧਰ ਰੱਖ ਕੇ ਆਪਣੇ ਦੁੱਧ ਗਰਮ ਹੋਣਾ ਤੇ ਹੁਣ ਆਪਾਂ ਰਾਇਤਾ ਪਾਉਣ ਦੀ ਤਿਆਰੀ ਕਰਦੇ ਹਾਂ ਘੀਆ ਨੂੰ ਕੱਦੂਕਸ ਕਰ ਲਈਏ ਛੀਲ ਕੇ ਆਪਣੇ ਗਰਮ ਹੋਣਾ ਰੱਖ ਦਿਆ ਆਟਾ ਆਪਣਾ ਗੁੰਨ ਹੋ ਗਿਆ ਬਸ ਰੋਟੀ ਰੋਟੀ ਤਾਰਨੀ ਇੱਧਰ ਮੈਂ ਰੱਖਿਆ ਹੋਇਆ ਪਾਣੀ ਘੀਆ ਨੂੰ ਜਿਹੜਾ ਬੋਇਲ ਕਰਨ ਵਾਸਤੇ ਪਹਿਲਾਂ ਉਦੋਂ ਘੀਆ ਦੇ ਪਰਾਂਠੇ ਬੜੇ ਖਾਂਦਾ ਸੀਗਾ ਹੁਣ ਨਹੀਂ ਪਹਿਲਾਂ ਅਸੀਂ ਬਹੁਤ ਘੀਆ ਦੇ ਪਰਾਂਠੇ ਬਣਾਉਂਦੇ ਸੀਗੇ ਘੀਆ ਦੀ ਬੇਲਾਂ ਤਾਂ ਆਪਾਂ ਨੇ ਹੁਣ ਵੀ ਲਾਈਆਂ ਹੋਈਆਂ ਨੇ ਦੇਖਦੇ ਹਾਂ ਤਾਂ ਛੋਟੀ ਛੋਟੀ ਜਿਹੀਆਂ ਹੋਈਆਂ ਨੇ ਜ਼ਿਆਦਾ ਵੱਡੀਆਂ ਨਹੀਂ ਕੱਦੂਕਸ ਕਰ ਲਈ ਜਿੱਧਰ ਪਾਣੀ ਆਪਣਾ ਰਿੱਝ ਰਿਹਾ ਇਹਦੇ ਵਿੱਚ ਪਾ ਦਾਂਗੇ ਘੀਆ ਇਹ ਵੀ ਥੋੜੀ ਜਿਹੀ ਉੱਬਲ ਜਿਹੀ ਆ ਗਈ ਦੇਖੋ ਆਪਾਂ ਜਿਹੜੀ ਘੀਆ ਇਹਨੂੰ ਨਾ ਪਾਣੀ ਚ ਨਾ ਉਬਾਲ ਲਿਆ ਚੰਗੀ ਤਰ੍ਹਾਂ ਦੇਖੋ ਇਹ ਉਬਲ ਗਈ ਪਾਣੀ ਚ ਜਿਹੜਾ ਆਪਾਂ ਨੇ ਪਾਣੀ ਪਾਇਆ ਸੀ ਉਹ ਬਿਲਕੁਲ ਸੁੱਕ ਗਿਆ ਹੁਣ ਆਪਾਂ ਇਹ ਠੰਡੀ ਹੋਣ ਲਈ ਰੱਖ ਦਾਂਗੇ ਆਪਾਂ ਜਿਹੜਾ ਰਾਇਤਾ ਨਾ ਉਹ ਤੜਕਾ ਲਾ ਕੇ ਨਹੀਂ ਪਾ ਰਹੇ ਸਿੰਪਲ ਏਦਾਂ ਹੀ ਸਿਰਫ ਘੀਆ ਨੂੰ ਬੋਇਲ ਕਰਕੇ ਫਿਰ ਆਪਣਾ ਜਿਹੜਾ ਰਾਇਤਾ ਉਹ ਪਾਵਾਂਗੇ ਇੰਨੇ ਠੰਡੀ ਹੋ ਜੂਗੀ ਘੀਆ ਇੰਨੇ ਪਰੋਕੀ ਲਾ ਦਿੰਦੇ ਤਵਾ ਇੱਧਰ ਆਪਾਂ ਨੇ ਰੱਖ ਕੇ ਗੈਸ 'ਤੇ
ਰੋਟੀ ਆਪਣੀ ਬਣ ਗਈ, ਦੁੱਧ ਨੂੰ ਆਪਾਂ ਨੇ ਉਬਾਲਾ ਦਵਾ ਦੇ ਸੀਗਾ ਤੇ ਹੁਣ ਕਰਦੀ ਮਾੜਾ ਗੈਸ ਸਾਫ ਪਹਿਲਾਂ। ਇੱਧਰ ਆਪਣੇ ਰਾਤੀ ਪਨੀਰ ਬਣਾਇਆ ਸੀਗਾ, ਹੁਣ ਬਣਾਵਾਂਗੇ ਚੀਜ਼ ਚਿੱਲੀ। ਉਦੋਂ ਨੀ ਖਲੋ ਨੀ ਅੰਦਰ ਆਵਾਜ਼ਾਂ ਮਾਰੀ, ਮੰਮਾ ਬਣਾ ਦੋ ਭੁੱਖ ਲੱਗੀ ਪਈ ਹੈ। ਮੈਂ ਹਾਲੇ ਤਾਂ ਦੁੱਧ ਦਾ ਕੁਛ ਨਹੀਂ ਪੀਤਾ ਹੈ, ਪਾਣੀ ਦਾ ਗਲਾਸ ਪੀ ਕੇ ਬਸ ਲੱਗੇ ਹੋਏ ਹਾਂ ਆਪਾਂ। ਚੀਜ਼ ਚਿੱਲੀ ਦੀ ਰੈਸਪੀ ਤਾਂ ਆਪਾਂ ਨੇ ਤੁਹਾਨੂੰ ਦਿੱਤੀ ਹੋਈ ਹੈ ਤੇ ਬਾਕੀ ਹਨਾ ਅੱਜ ਬਣਾਵਾਂਗੇ ਆਪਾਂ ਚੀਜ਼ ਚਿੱਲੀ। ਪਹਿਲਾਂ ਬਣਾਇਆ ਸੀਗਾ ਡਰਾਈ ਵਾਲਾ, ਅੱਜ ਬਣਾਵਾਂਗੇ ਗਰੇਵੀ ਵਾਲਾ। ਲੋ ਜਿੱਧਰ ਆਪਾਂ ਨੇ ਕੜਾਹੀ ਰੱਖਤੀ, ਇਹਨੇ ਕੜਾਹੀ ਆਪਣੀ ਸੁੱਕ ਜੂਗੀ। ਆਹ ਪਨੀਰ ਲਿਆ ਸੀਗਾ, ਇਹਨੂੰ ਪਨੀਰ ਨੂੰ ਆਪਾਂ ਚੀਰ ਲਾਂਗੇ, ਕੱਟ ਲਾਂਗੇ। ਜਦੋਂ ਪਹਿਲਾਂ ਪਨੀਰ ਬਣਾਇਆ ਸੀਗਾ ਨਾ ਮੈਂ ਨਾ ਠੰਡੇ ਦੁੱਧ ਦੇ ਵਿੱਚ ਮਤਲਬ ਕਿ ਜ਼ਿਆਦਾ ਉਬਾਲ ਨਹੀਂ ਆਈ ਹੋਈ ਸੀਗੀ, ਦੁੱਧ ਨੂੰ ਫਰਿੱਜ 'ਚ ਪਿਆ ਸੀਗਾ ਹਨਾ, ਉਹ ਦੁੱਧ ਦੇ ਵਿੱਚ ਨਾ ਮੈਂ ਇੱਦਾਂ ਹੀ ਸਿਰਕਾ ਪਾ ਦਿਆ। ਉਹ ਪਨੀਰ ਨਾ ਅਜੀਬ ਜਿਹੇ ਤਰੀਕੇ ਦਾ ਹੋ ਗਿਆ, ਬਲੈਕ ਬਲੈਕ ਜਦੋਂ ਵੈਸੇ ਉਹ ਹੋ ਗਿਆ ਹਨਾ। ਪਾਪਾ ਕਾ ਫੋਨ ਆ ਰਹੇ ਆ, ਕੋਈ ਨੀ ਚੱਕਰ। ਤੁਸੀਂ ਜਿੱਡੇ ਜਿੱਡੇ ਵੀ ਪੀਸ ਕੱਟਣਾ ਚਾਹੁੰਦੇ ਹੋ, ਵੱਡੇ ਛੋਟੇ। ਅੱਜ ਆਪਣਾ ਪਨੀਰ ਵੀ ਸੋਫਟ ਹੈ, ਉਦੋਂ ਥੋੜ੍ਹਾ ਪਨੀਰ ਆਪਣਾ ਨਾ ਦੁੱਧ ਫਾੜਨ 'ਚ ਥੋੜ੍ਹਾ ਕੈੜਾ ਹੋ ਗਿਆ ਸੀਗਾ। ਅੱਜ ਮੈਂ ਦੁੱਧ ਨੂੰ ਫੁੱਲ ਉਬਾਲੀ ਦਵਾ ਕੇ ਫਿਰ ਪਨੀਰ ਫਾੜਿਆ। ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਪਲੇਟ ਦੇ ਵਿੱਚ ਪਾ ਲਾਂਗੇ, ਥਾਲੀ ਦੇ ਵਿੱਚ। ਇਹਦੇ ਵਿੱਚ ਆਪਾਂ ਮੈਦਾ ਤੇ ਕੋਰਨਫਲੋਰ ਪਾ ਲਾਂਗੇ ਪਨੀਰ ਨੂੰ ਥੋੜ੍ਹੀ ਜਿਹੀ ਕੋਟਿੰਗ ਦੇਣ ਵਾਸਤੇ। ਇਹਨਾਂ ਨੂੰ ਮਿਕਸ ਕਰਾਂਗੇ ਆਪਾਂ, ਮੈਦੇ ਨੂੰ ਤੇ ਕੋਰਨਫਲੋਰ ਨੂੰ। ਤੁਸੀਂ ਕੋਰਨਫਲੋਰ ਦੀ ਜਗ੍ਹਾ ਤੇ ਅਰਾ ਰੋਟ ਵੀ ਲੈ ਸਕਦੇ ਹੋ। ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਨਮਕ, ਇੰਨਾ ਕੁ ਪਾ ਦਾਂਗੇ। ਥੋੜ੍ਹੀ ਜਿਹੀ ਪਾ ਦਾਂਗੇ ਉੱਪਰ ਇਹਦੇ ਕਾਲੀ ਮਿਰਚ, ਤੇ ਇਹ ਪਾਵਾਂਗੇ ਜੀ ਰੈੱਡ ਚਿੱਲੀ ਸੌਸ। ਦੋ ਚਮਚ ਪਾਏ ਆਪਾਂ ਰੈੱਡ ਚਿੱਲੀ ਸੌਸ। ਦੁਬਾਰੇ ਫੇਲ ਕਰ ਲਾਂਗੇ,
ਗੱਲ ਤੁਸੀਂ ਖਾਸ ਧਿਆਨ ਰੱਖਿਓ, ਜਿਹੜਾ ਤੁਸੀਂ ਮੈਦਾ ਹੈ ਨਾ, ਮੈਦੇ ਦੇ ਕੋਰਨਫਲੋਰ ਉਹ ਸਿਰਫ ਭੁੱਕਣੇ ਆ ਉੱਪਰ, ਉਹਦੇ ਵਿੱਚ ਇਹਨਾਂ ਨੂੰ ਫੁੱਲ ਭੋਲਣਾ ਨਹੀਂ ਹੈਗਾ। ਲਓ ਜੀ ਇੱਧਰ ਆਪਣਾ ਤੇਲ ਗਰਮ ਹੈ, ਹਲੇ ਤਾਂ ਬੁੱਧ ਸ਼ੁਰੂ ਕਰਿਆ ਬਣਾਉਣਾ, ਭੁੱਖ ਲੱਗੀ ਹੋਈ ਹੈ, ਕਹਿੰਦਾ ਛੇਤੀ ਛੇਤੀ ਦੇ ਦਿਓ ਮੈਨੂੰ ਖਾਣ ਵਾਸਤੇ। ਲਓ ਜੀ ਪਨੀਰ ਆਪਾਂ ਕਰਾਂਗੇ ਦੋ ਵਾਰੀ ਚ ਫਰਾਈ। ਲਓ ਜੀ ਹੁਣ ਆਪਾਂ ਇਹਨੂੰ ਹਿਲਾ ਹਿਲਾ ਕੇ ਪਕਾ ਲਾਂਗੇ ਐਨ ਚੰਗੀ ਤਰ੍ਹਾਂ, ਤਾਂ ਜੋ ਇਹਦੇ ਉੱਪਰ ਐਨ ਚੰਗੀ ਤਰ੍ਹਾਂ ਕਲਰ ਆ ਜਾਵੇ, ਅਤੇ ਬਾਹਰੋਂ ਆਪਣਾ ਪਨੀਰ ਬਣੂਗਾ ਜੀ ਕ੍ਰਿਸਪੀ ਅਤੇ ਵਿੱਚੋਂ ਸੋਫਟ ਹੋਊਗਾ। ਹਾਂਜੀ ਲਓ ਜੀ ਪਨੀਰ ਆਪਣਾ ਬਣ ਗਿਆ, ਦੇਖੋ ਇੱਦਾਂ ਦਾ ਕਲਰ ਆਪਾਂ ਲਿਆ ਇਹਦਾ, ਅਤੇ ਹੁਣ ਇਹਨੂੰ ਕੱਢ ਲੈਣਾ। ਅਤੇ ਇੱਦਾਂ ਹੀ ਜਿਹੜਾ ਆਪਣੇ ਹੋਰ ਪਨੀਰ ਰੱਖਿਆ ਹੋਇਆ ਹੈ ਨਾ ਉਹਨੂੰ ਫਰਾਈ ਕਰ ਲਾਂਗੇ। ਲਓ ਜੀ ਆਪਣੇ ਚੀਜ਼ ਚਿੱਲੀ ਨੂੰ ਤੜਕਾ ਵਗੈਰਾ ਸਾਰਾ ਲਾ ਲਿਆ, ਆ ਦੇਖੋ ਇੱਦਾਂ ਦਾ ਆਪਣੇ ਗਰੇਵੀ ਬਣਾ ਲਈ। ਇਹਦੀ ਗਰੇਵੀ ਤੁਹਾਨੂੰ ਦੱਸਦੀ ਕਿਵੇਂ ਬਣਾਈ, ਆਪਾਂ ਨੇ 2 ਚਮਚ ਲਏ ਜੀ ਕੋਰਨਫਲੋਰ ਦੇ, ਕੋਰਨਫਲੋਰ ਲੈ ਕੇ ਆਪਾਂ ਨੇ ਉਹਦੇ ਵਿੱਚ ਪਾਣੀ ਜਿਹੜਾ ਇਹ ਪੂਰਾ 1 ਕੁੱਲ ਪਾਣੀ ਦਾ ਪਾ ਲਿਆ, ਅਤੇ ਫਿਰ ਇਹਦੇ ਵਿੱਚ ਪਾ ਦਿਆ। ਦੇਖੋ ਹੁਣ ਆਪਾਂ ਇਹਨੂੰ ਰਝਾ ਰਹੇ ਹਾਂ ਪੂਰੀ, ਰਝਾ ਕੇ ਨਾ ਹੁਣ ਇਹਨੂੰ ਆ ਦੇਖੋ ਇੱਦਾਂ ਥੋੜ੍ਹੀ ਜਿਹੀ ਗਾੜੀ ਗਾੜੀ ਲੱਗ ਗਈ ਹੁਣ ਇਹ, ਅਤੇ ਫਿਰ ਆਪਾਂ ਇਹਦੇ ਵਿੱਚ ਇਹ ਪਨੀਰ ਪਾ ਦਾਂਗੇ। ਬਸ 2 ਕੁ ਮਿੰਟ ਇਹਨੂੰ ਹੋਰ ਰਝਾ ਲਾਂਗੇ ਤਾਂ ਜਿਹੜੀ ਗਰੇਵੀ ਆ ਹੋਰ ਚੰਗੀ ਤਰ੍ਹਾਂ ਤਿਆਰ ਹੋ ਜਾਵੇ। ਉੱਧਰ ਰੱਖ ਦਿੱਤੀ ਆਪਾਂ ਇਹਨੂੰ ਚਾਹ, ਬਸ ਪਨੀਰ ਐਨ ਇਹਦੇ ਵਿੱਚ ਜਿਹੜਾ ਗਰੇਵੀ ਥੋੜ੍ਹੀ ਜਿਹੀ ਰਸ ਜੀ, ਅਸੀਂ ਤੁਹਾਨੂੰ ਆਪਾਂ ਨੇੜੇ ਤੋਂ ਕਰਕੇ ਦਿਖਾ ਦਿੰਦੇ ਹਾਂ ਜੀ ਆਪਣਾ ਗਰੇਵੀ ਵਾਲਾ ਚੀਜ਼ ਚਿੱਲੀ ਬਣ ਕੇ ਤਿਆਰ ਹੈ, ਬਿਲਕੁਲ ਰੈਸਟੋਰੈਂਟ ਸਟਾਈਲ। ਆ ਦੇਖੋ ਜੇ ਤੁਸੀਂ ਇਸ ਨੂੰ ਡਰਾਈ ਕਰਨਾ ਹੈ ਨਾ ਤਾਂ ਜਿਹੜਾ ਘੋਲ ਹੈ ਥੋੜ੍ਹਾ ਘੱਟ ਤਿਆਰ ਕਰਕੇ ਪਾਇਓ, ਫਿਰ ਉਹ ਥਿੱਕ ਜਿਹਾ ਹੋ ਜਾਊਗਾ ਬਸ। ਆ ਦੇਖੋ